ਮੈਂ ਹਾਂ ਤਾਕਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਬੜੀ ਹੀ ਜ਼ਬਰਦਸਤ ਮਾਲੂਮਾਤ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਔਰ ਉਹਨਾਂ ਫਿਲਮਾਂ ਦੇ ਬਾਰੇ ਤੁਹਾਨੂੰ ਦੱਸਾਂਗਾ ਜਿਨ੍ਹਾਂ ਫਿਲਮਾਂ ਦੀ ਆਮਦਨੀ ਨਾਲ ਕਈ ਕਨਾਲ ਤੇ ਮੋਹਿਤ ਸਟੂਡੀਓ ਬਣਾਏ ਗਏ। ਯਾਨੀ ਕਿ ਉਹਨਾਂ ਦੀ ਇਤਨੀ ਆਮਦਨੀ ਸੀ ਉਸ ਵਕਤ ਕਿ ਉਹਨਾਂ ਦੀ ਆਮਦਨੀ ਦੇ ਨਾਲ 90-92 ਕਨਾਲ ਜਿਹੜਾ ਨਾ ਸਟੂਡੀਓ ਬਣਾਏ ਗਏ ਔਰ ਇਹ ਫਿਲਮਾਂ ਯੂਟਿਊਬ ਤੇ ਤੁਹਾਨੂੰ ਮਿਲ ਜਾਣਗੀਆਂ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਔਰ ਇਹ ਫਖਰ ਕਰ ਸਕਦੇ ਹੋ ਕਿ ਪਾਕਿਸਤਾਨ ਹੀ ਕਿੰਨੀਆਂ ਅੱਛੀਆਂ ਫਿਲਮਾਂ ਬਣਦੀਆਂ ਹਨ। ਸਭ ਤੋਂ ਪਹਿਲੇ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਆ ਰਿਹਾ ਉਸ ਫਿਲਮ ਦਾ ਨਾਂ ਹੈ ਦੁੱਲਾ ਭੱਟੀ। ਮੈਂ ਤੇਰੀ ਕੋਈ ਬਕਵਾਸ ਸੁਣਨਾ ਨਹੀਂ ਚਾਹੁੰਦਾ। ਮੈਂ ਫੱਜਿਆ, ਗਰੀਬੀ ਚ ਇਮਾਨ ਨਹੀਂ ਬੇਚ ਦੇਈਦਾ। ਤੈਨੂੰ 1000 ਰੁਪਏ ਦੀ ਜ਼ਰੂਰਤ ਸੀ, ਤੂੰ ਲੈ ਲਿਆ, ਹੁਣ ਮੈਂ ਆਪੇ ਇਹਦੇ ਨਾਲ। 1956 ਵਿੱਚ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਦੁੱਲਾ ਭੱਟੀ ਬੜੀ ਹੀ ਜ਼ਬਰਦਸਤ ਫਿਲਮ ਸੀ, ਬੜੀ ਹੀ ਕਾਮਯਾਬ ਫਿਲਮ ਸੀ। ਇਸ ਫਿਲਮ ਦੇ ਅਦਾਕਾਰ ਸੁਧੀਰ, ਸਬੀਆ ਖਾਨਮ, ਅਲਾਉਦੀਨ ਅਤੇ ਸ਼ੇਖ ਇਕਬਾਲ। ਹਦਾਇਤ MS ਡਾਰ, ਫਿਲਮਸਾਜ਼ GA ਗੁਲ, ਮਿਊਜ਼ਿਕ ਦਿੱਤਾ ਹੈ ਬਾਬਾ GA ਚਿਸ਼ਤੀ ਨੇ ਅਤੇ ਇਹਦੇ ਮੁਸੰਨਿਫ ਸਨ ਬਾਬਾ ਸਿਆਹ ਪੋਸ਼। ਬੜੀ ਹੀ ਜ਼ਬਰਦਸਤ ਫਿਲਮ ਸੀ ਔਰ ਇਸਦੀ ਆਮਦਨੀ ਨਾਲ ਬਹੁਤ ਹੀ ਬੜਾ ਸਟੂਡੀਓ ਬਣਾਇਆ ਗਿਆ ਸੀ। ਔਰ ਦੂਜੀ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਉਸ ਫਿਲਮ ਦਾ ਨਾਂ ਹੈ ਯੱਕੇ ਵਾਲੀ। ਮੈਂ ਕਿਹਾ ਬਹੁ ਜੀ ਇਹਦੇ ਨਾਲ ਹੀ ਚਲੇ ਜਾਓ, ਰੱਬ ਨੇ ਚਾਹਿਆ ਤਾਲਮ ਜਾਓਗੇ ਤੇ ਅੰਧੇ ਪੜੋਗੇ। ਨਾ ਭਾਈ, ਮੈਂ ਤੇਰੇ ਨਾਲ ਹੀ ਜਾਵਾਂ। 27 ਫਰਵਰੀ 1957 ਬਰੋ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਔਰ ਇਹ ਫਿਲਮ ਬੜੀ ਹੀ ਕਾਮਯਾਬ ਸੀ। ਇਹਦੀ ਸਟੋਰੀ ਬੜੀ ਅੱਛੀ ਸੀ, ਇਹਦੇ ਗਾਣੇ ਬੜੇ ਅੱਛੇ ਸੁਣੇ, ਯਾਨੀ ਕਿ ਇੱਕ ਤੋਂ ਇੱਕ ਗਾਣਾ ਵੱਧ ਕੇ ਸੀ ਔਰ ਇਹ ਫਿਲਮ ਤੁਹਾਨੂੰ ਯੂਟਿਊਬ ਤੇ ਮਿਲੇਗੀ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਦਾਕਾਰ ਸੁਧੀਰ, ਤੈਨੂੰ ਇੱਕ ਸੌਲੀ ਭੇਜਣਾ ਪੈਗਾ ਯੱਕੇ ਵਾਲੀ ਏ। ਸਰਦ ਅਜ਼ੀਜ਼, ਤੈਨੂੰ ਵਾਲਾਂ ਚ ਹੁੰਦਿਆ ਹੋਇਆ ਰਿਆਸ ਕਸ਼ਮੀਰੀ ਔਰ ਜੋਗੀ ਸਪਣੀ ਦੀ ਸ਼ੋਕਰ ਤਰੇ ਡਰਦੇ ਜ਼ਰੀਫ ਅਸਲੀ ਰੋਲ ਗੋਲਡ ਦਾ। ਹਦਾਇਤ MJ ਰਾਣਾ, ਫਿਲਮਸਾਜ਼ ਬਾਰੀ ਮਲਕ, ਮੁਸੰਨਿਫ ਸ਼ੇਖ ਇਕਬਾਲ ਤੇ ਮਿਊਜ਼ਿਕ ਦਿੱਤਾ ਹੈ ਬਾਬਾ GA ਚਿਸ਼ਤੀ ਨੇ। ਨਾਜ਼ਰੀਨ, ਜਿਹੜੀ ਯੱਕੇ ਵਾਲੀ ਸੀ ਉਹ ਇਤਨੀ ਕਾਮਯਾਬ ਫਿਲਮ ਸੀ ਕਿ 1 ਲੱਖ ਰੁਪਇਆ ਇਹਦੀ ਲਾਗਤ ਸੀ, ਯਾਨੀ ਕਿ 1 ਲੱਖ ਦੇ ਨਾਲ ਇਹ ਫਿਲਮ ਬਣਾਈ ਗਈ ਸੀ ਔਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹਦੀ ਆਮਦਨ ਸੀ ਜਿਹੜੀ ਉਹ 40 ਲੱਖ ਦੇ ਕਰੀਬ ਸੀ। ਯਾਨੀ ਕਿ ਅਗਰ ਅੱਜ ਦੀ ਹਿਸਾਬ 'ਤੇ ਵੇਖਿਆ ਜਾਏ ਤਾਂ ਤਕਰੀਬਨ 4 ਅਰਬ ਰੁਪਇਆ, ਯਾਨੀ ਕਿ 1 ਲੱਖ ਨਾਲ ਬਣਨ ਵਾਲੀ ਫਿਲਮ ਨੇ 40 ਲੱਖ ਰੁਪਇਆ ਉਸ ਟਾਈਮ ਬਿਜ਼ਨਸ ਕੀਤਾ ਸੀ। ਅਤੇ ਇਸ ਫਿਲਮ ਦੀ ਆਮਦੀ ਨਾਲ ਇਸ ਫਿਲਮ ਦਾ ਜਿਹੜਾ ਫਿਲਮਸਾਜ਼ ਸੀ ਬਾਰੀ ਮਲਕ, 92 ਕਨਾਲ ਰਕਬੇ ਦੇ ਬਹੁਤ ਹੀ ਵੱਡਾ ਸਟੂਡੀਓ ਬਣਾਇਆ ਬਾਰੀ ਸਟੂਡੀਓ ਔਰ ਇਹ ਫਿਲਮ ਇਤਨੀ ਕਾਮਯਾਬ ਸੀ, ਦਾ ਮਿਊਜ਼ਿਕ ਵੀ ਬੜਾ ਸ਼ਾਨਦਾਰ ਸੀ। ਔਰ ਤੀਜੀ ਜਿਹੜੀ ਫਿਲਮ ਹੈ ਉਸ ਫਿਲਮ ਦਾ ਨਾਂ ਹੈ ਬਾਗੀ। ਤਕਰ ਸੁਧੀਰ, ਸਰਦ ਨਜ਼ੀਰ, ਅਲਾਉਦੀਨ, ਆਗਾ ਤਾਲਿਸ਼। 1956 'ਚ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਉਰਦੂ ਫਿਲਮ ਸੀ ਔਰ ਇਹ ਵੀ ਆਪਣੀ ਦੌਰ ਦੀ ਬੜੀ ਕਾਮਯਾਬ ਫਿਲਮ ਸੀ ਔਰ ਪਾਕਿਸਤਾਨ ਦੀ ਪਹਿਲੀ ਐਕਸ਼ਨ ਫਿਲਮ ਸੀ। ਔਰ ਤੁਹਾਨੂੰ ਸੁਣ ਕੇ ਹੈਰਤ ਹੋਏਗੀ ਕਿ ਇਸ ਫਿਲਮ ਦੀ ਨੁਮਾਇਸ਼ ਚੀਨ ਦੇ ਅੰਦਰ ਵੀ ਹੋਈ ਸੀ। ਹਦਾਇਤ ਇਸ਼ਫਾਕ ਮਲਕ, ਫਿਲਮਸਾਜ਼ ਇਸ਼ਫਾਕ ਮਲਕ, ਇਹਦਾ ਮਿਊਜ਼ਿਕ ਦਿੱਤਾ ਹੈ ਰਹਿਮਾਨ ਵਰਮਾ ਨੇ। ਇਹ ਬੜੀ ਜ਼ਬਰਦਸਤ ਫਿਲਮ ਹੈ, ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਔਰ ਇਸ ਤੋਂ ਬਾਅਦ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਹੇ ਹਾਂ ਉਸ ਫਿਲਮ ਦਾ ਨਾਂ ਹੈ ਵਾਦਾ। ਹਵਾਲਾਤ ਮੈਂ ਤੋ ਇੱਕ ਰਾਤ ਮੈਂ ਅੱਛੇ ਅੱਛੇ ਸ਼ੇਰ ਗਿੱਦੜ ਬਣ ਜਾਤੇ ਹੈ। ਹਮੇ ਡਰਾਨੇ ਕਾ ਮਜ਼ਾ ਆ ਗਿਆ ਨਾ। ਐਸਾ ਵੈਸਾ, ਅਗਰ ਮੈਂ ਨਾ ਸੰਭਾਲਤਾ ਤੋ ਜ਼ਮੀਦਾਰ ਸਾਹਿਬ ਤੋ ਬੇਹੋਸ਼ ਹੋ ਚਲੇ। ਅੱਛਾ, ਮਗਰ ਇਸ ਮੇ ਹਮਾਰਾ ਕੋਈ ਕਸੂਰ? ਅਦਾਕਾਰ ਸਬੀਆ ਖਾਨਮ, ਆਪਕਾ ਆਪਣਾ ਬੱਚਾ ਜੋ ਹੈ। ਸੰਤੋਸ਼ ਕੁਮਾਰ, ਨਹੀਂ ਹੈ, ਦੋ ਆਦਮੀ ਕਹਾਂ ਸੇ। ਅਲਿਆਸ ਕਸ਼ਮੀਰੀ, ਲਿਖਤਾ ਹੈ ਮੇਰੇ। ਅਲਾਉਦੀਨ, ਮੇਰੇ ਖਿਆਲ ਮੇ ਮਗਰਮੱਛ ਉਸੇ ਪਾਣੀ ਮੇ ਘਸੀ।
ਇਹ 1957 ਵਿੱਚ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਉਰਦੂ ਫਿਲਮ ਸੀ। ਹਦਾਇਤ WZ ਅਹਿਮਦ, ਫਿਲਮ ਸਾਜ਼ ਮੀਆਂ ਸਾਨ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਰਸ਼ੀਦ ਅਤਰੇ ਨੇ। ਬੜੀ ਹੀ ਜ਼ਬਰਦਸਤ ਫਿਲਮ ਸੀ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਇਸ ਫਿਲਮ ਦੀ ਕਹਾਣੀ ਬੜੀ ਜ਼ਬਰਦਸਤ ਹੈ, ਇਸ ਫਿਲਮ ਦਾ ਮਿਊਜ਼ਿਕ ਬੜਾ ਜ਼ਬਰਦਸਤ ਹੈ। ਬੜੀ ਹੀ ਸ਼ਾਨਦਾਰ ਫਿਲਮ ਸੀ ਔਰ ਸਭੀ ਔਰ ਸੰਤੋਸ਼ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਔਰ ਇਸ ਤੋਂ ਬਾਅਦ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਿਹਾ, ਤਕਸੀਮੇ ਹਿੰਦ 'ਤੇ ਬਣੀ ਹੋਈ ਸਭ ਤੋਂ ਬਿਹਤਰੀਨ ਫਿਲਮ, ਮੈਂ ਕਹਿੰਦਾ ਨਾ ਇਸ ਤੋਂ ਪਹਿਲੇ ਕੋਈ ਬਣੀ ਔਰ ਨਾ ਇਸ ਤੋਂ ਬਾਅਦ ਕੋਈ ਤਕਸੀਮੇ ਹਿੰਦ 'ਤੇ ਇੰਨੀ ਅੱਛੀ ਫਿਲਮ ਬਣੇਗੀ। ਉਸ ਫਿਲਮ ਦਾ ਨਾਂ ਹੈ ਕਰਤਾਰ ਸਿੰਘ। ਤੁਸੀਂ ਖੂਨ ਦਾ ਬਹਾਨਾ ਪਾ ਕੇ ਇੱਥੇ ਬਦਮਾਸ਼ੀਆਂ ਨਹੀਂ ਕਰ ਸਕਦਾ। ਮੈਂ ਇਸ ਪਿੰਡ ਦਾ ਪੁੱਤਰ ਹਾਂ, ਤੂੰ ਇਸ ਪਿੰਡ ਦੀ ਇੱਟ ਨੂੰ ਵੀ ਹੱਥ ਪਾਇਆ ਤਾਂ ਮੈਂ ਤੇਰੇ ਹੱਥ ਤੋੜ ਦਿਆਂਗਾ। ਅਦਾਕਾਰ ਮਸਰਤ ਨਜ਼ੀਰ 5 ਸਾਲ ਦਿਲ ਨੂੰ ਮੁੱਠ ਵਿੱਚ ਲੈ ਕੇ ਗੁਜ਼ਾਰੇ ਨੇ। ਸੁਧੀਰ ਅੱਖਾਂ, ਮੈਂ ਇਸ ਲਈ ਬੋਲਣਾ। ਅਲਾਉਦੀਨ ਆਪਣਾ ਵੀ। ਅਨੈਤ ਹੁਸੈਨ ਪੱਟੀ 18 ਜੂਨ 1956 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਸ ਫਿਲਮ ਦੀ ਇਹ ਖਸੂਸੀਅਤ ਵੀ ਹੈ ਕਿ ਇਹ ਫਿਲਮ ਜਿਹੜਾ ਭਾਰਤੀ ਪੰਜਾਬ ਹੈ ਉਸ ਦੇ ਅੰਦਰ ਮੁਸਲਸਲ 3 ਸਾਲ ਚੱਲਦੀ ਰਹੀ। ਹਦਾਇਤ ਸੈਫੁਦੀਨ ਸੈਫ, ਮੁਸੰਨਿਫ ਸੈਫੁਦੀਨ ਸੈਫ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਸਲੀਮ ਇਕਬਾਲ ਨੇ। ਨਾਜ਼ਰੀਨ, ਇਹ ਵੀ ਬੜੀ ਅੱਛੀ ਫਿਲਮ ਹੈ ਔਰ ਪੰਜਾਬੀ ਅਗਰ ਤੁਸੀਂ ਕਲਚਰ ਹੀ ਸਹੀ ਤਕਸੀਮੇ ਇਨ ਤੋਂ ਪਹਿਲੇ ਅਗਰ ਕੋਈ ਫਿਲਮ ਹੈ ਤਾਂ ਇਹ ਕਰਤਾਰ ਸਿੰਘ ਹੈ। ਸੁਧੀਰ ਨੇ ਬੜੀ ਅੱਛੀ ਐਕਟਿੰਗ ਕੀਤੀ ਹੈ ਔਰ ਇਸ ਫਿਲਮ ਦੇ ਅੰਦਰ ਅਲਾਉਦੀਨ ਨੇ ਐਸੀ ਨੈਚੁਰਲ ਐਕਟਿੰਗ ਕੀਤੀ ਹੈ ਕਿ ਤੁਸੀਂ ਦੇਖ ਕੇ ਪਰੇਸ਼ਾਨ ਹੋ ਜਾਓਗੇ। ਔਰ ਇਸ ਦੀ ਆਮਦਨ ਨਾਲ ਵੀ ਇੱਕ ਬੜਾ ਹੀ ਜਦੀਦ ਸਟੂਡੀਓ WZ ਅਹਿਮਦ ਸਾਹਿਬ ਨੇ ਬੁਲਾਇਆ ਸੀ, ਜਿਹੜਾ ਹੁਣ ਤਾਂ ਸ਼ਾਇਦ ਉਸਦਾ ਨਿਸ਼ਾਨ ਵੀ ਨਹੀਂ ਹੋਏਗਾ। ਨਾਜ਼ਰੀਨ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।